ਮੈਂ ਗਰਮੀਤ ਸਿੰਘ ਮੈਂਬਰ ਪੰਚਾਇਤ ਪਿੰਡ ਰੂਮੀ ਮੈਂ ਬਾੜ ਨੰਬਰ 7 ਤੋਂ ಗ್ರಾಮ ਪੰਚਾਇਤ ਦਾ ਮੈਂਬਰ ਹਾਂ ਤੇ ਨਗਰ ਦੇ ਵਿੱਚ ਮੈਂ ਸਰਪੰਚ ਕੁਲਦੀਪ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਲਾਉ ਜੋੜ ਕੇ ਅਸੀਂ ਕੰਮ ਕਰ ਰਹੇ ਹਾਂ ਪਹਿਲਾਂ ਤਾਂ ਮੈਂ ਸਿਟੀ ਲਾਈਵ ਚੈਨਲ ਨੂੰ ਜੀ ਆਖਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਹਲਕੇ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਵੱਨਿਓ ਹਲਕੇ ਵਿੱਚ ਬਹੁਤ ਵੱਡੀ ਪੱਧਰ ਤੇ ਵਿਕਾਸ ਕਰਵਾਇਆ ਗਿਆ ਜੋ ਕਿ ਦਾਖੇ ਦੀ ਬੜੇ ਚਿਰ ਤੋਂ ਮੰਗ ਸੀ ਹਲਕਾ ਦਾਖਾ ਬਦਲਾ ਭਾਲਦਾ ਸੀ ਇੱਥੇ ਪਹਿਲਾਂ ਤੋਂ ਲੈ ਕੇ ਪਰਚਿਆਂ ਦੀ ਰਾਜਨੀਤੀ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਖਤਮ ਕੀਤਾ ਗਿਆ ਭਰਾ ਨਾਲ ਭਰਾ ਲੜਾਇਆ ਗਿਆ ਹਲਕੇ ਦੇ ਵਿੱਚ ਪਿੰਡਾਂ 'ਚ 2-2 ਧੜੇ ਬਣਾਏ ਗਏ ਪਰ ਜਦੋਂ ਤੋਂ ਸਾਡੇ ਕੈਪਟਨ ਸੰਦੀਪ ਸਿੰਘ ਜੀ ਸੰਧੂ ਆਏ ਨੇ ਉਹਨਾਂ ਨੇ ਆ ਕੇ ਪਹਿਲਾਂ ਤਾਂ ਭਾਈਚਾਰਕ ਸਾਂਝ ਕਾਇਮ ਕੀਤੀ ਕਰੋਨਾ ਮਹਾਮਾਰੀ ਦਰਮਿਆਨ ਜਿਹੜੇ ਇਥੋਂ ਆਪਣੇ ਆਪ ਨੂੰ ਇਸ ਹਲਕੇ ਦਾ ਐਮਐਲਏ ਕਹਾਉਂਦੇ ਨੇ ਜਾਂ ਇਸ ਹਲਕੇ ਨੂੰ ਆਪਣਾ ਦੱਸਦੇ ਨੇ ਜੋ ਸੰਦੀਪ ਸੰਧੂ ਜੀ ਨੂੰ ਬਾਹਰਲਾ ਦੱਸਦੇ ਨੇ ਉਹ ਵੀ ਕਿਤੋਂ ਹੈ ਤਾਂ ਬਾਹਰਲੇ ਨੇ ਉਹ ਵੀ ਆਪਣਾ ਦਾ ਪਿੰਡ ਜਦੀ ਇਸ ਹਲਕੇ ਵਿੱਚ ਨਹੀਂ ਪੈਂਦਾ 41 ਪਿੰਡ ਵੀ ਗੱਲ ਹਲਕੇ 'ਚ ਪੈਂਦਾ ਪਰ ਜਦੋਂ ਗਾਂ ਕਰੋਨਾ ਦੀ ਮਹਾਮਾਰੀ ਟਾਈਮ ਇਸ ਹਲਕੇ ਨੂੰ ਲੋਕਾਂ ਨੂੰ ਇਸ ਹਲਕੇ ਦੇ ਲੋਕਾਂ ਨੂੰ ਮੀਰ ਸੀ ਲੋੜ ਸੀ ਤਾਂ ਕੈਪਟਨ ਸੰਦੀਪ ਸਿੰਘ ਜੀ ਸੰਧੂ ਚੰਡੀਗੜ੍ਹ ਤੋਂ ਆ ਕੇ ਸਾਡੇ ਲੋਕਾਂ ਦੇ ਵਿੱਚ ਵਿਚਰੇ ਜੋ ਸਰਕਾਰ ਦੁਆਰਾ ਸਹੂਲਤਾ ਜੋ ਰਾਸ਼ਨ ਸਰਕਾਰ ਦੁਆਰਾ ਤੇ ਆਪਣੀ ਜੇਬ ਦੇ ਵਿੱਚੋਂ ਸਾਨੂੰ ਗ੍ਰਾਮ ਪੰਚਾਇਤ ਨੂੰ ਗੈਡ ਕਰਕੇ ਲੋਕਾਂ ਵਿੱਚ ਜੋ ਬਿਨਾ ਕਿਸੇ ਭੈਦ ਭਾਵ ਤੋਂ ਅਤੇ ਇਸ ਨਾਮਰਾਦ ਬਿਮਾਰੀ ਨੂੰ ਠੱਲ ਪਾਉਣ ਲਈ ਸਾਨੂੰ ਆਪਸ ਵਿੱਚ ਸਾਰਿਆਂ ਨੂੰ ਤਾਲਮੇ ਨਾਲ ਸਾਨੂੰ ਉਹਨਾਂ ਨੇ ਸਾਡੇ ਨਗਰ ਦੇ ਵਿੱਚ ਹੀ ਮੇਰੇ ਪਿੰਡ ਨੰਬਰ ਰੂਮੀ ਦੇ ਵਿੱਚ ਮੈਂ ਪੰਚਾਇਤ ਮੈਂਬਰ ਹਾਂ ਮੇਰੇ ਪਿੰਡ ਚ ਪਹਿਲਾਂ ਸ਼ੁਰੂਆਤ ਦੇ ਵਿੱਚ 325 ਕਿਟਾ ਜੋ ਸਰਕਾਰ ਦੁਆਰਾ ਭੇਜੀਆਂ ਗਈਆਂ ਉਹ ਸਾਡੇ ਹਲਕੇ ਤੋਂ ਦਿੱਤੀਆਂ ਗਈਆਂ ਮੇਰੇ ਪਿੰਡ ਨੂੰ ਉਸ ਤੋਂ ਬਾਅਦ ਦੁਬਾਰਾ ਫੇਰ 475 ਕਿਟਾਂ ਮੇਰੇ ਹਲਕੇ ਦੇ ਵਿੱਚ ਤਕਰੀਬਨ 8900 ਪਿੰਡ ਦੇ ਵਿੱਚ 800 ਦੇ ਤਕਰੀਬਨ ਇਹ ਜੋ ਰਾਸ਼ਨ ਦੀਆਂ ਕਿਟਾਂ ਸੀਗੀਆਂ ਸੰਧੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਅਤੇ ਸੰਧੂ ਸਾਹਿਬ ਵੱਲੋਂ ਸਾਡੇ ਨਗਰ ਨੂੰ ਬਹੁਤ ਜ਼ਿਆਦਾ ਗ੍ਰਾਂਟਾਂ ਦਿੱਤੀਆਂ ਗਈਆਂ ਜਿਸ ਦੇ ਵਿੱਚ ਸਾਡੇ ਸ਼ਮਸ਼ਾਨ ਘਾਟ ਦੀ ਬਹੁਤ ਹਾਲਤ ਮਾੜੀ ਸੀਗੀ ਉਸ ਦੇ ਲਈ ਸਾਨੂੰ 10 ਲੱਖ ਦੇ ਕਰੀਬ ਸੰਧੂ ਸਾਹਿਬ ਨੇ ਮਾਇਆ ਸਹਾਇਤਾ ਦਿੱਤੀ ਜਿਸ ਦੇ ਵਿੱਚ ਅਸੀਂ ਇੰਟਰਲੌਕ ਟਾਇਲ ਲਵਾਏ ਚਾਰ ਦੁਵਾਰੀ ਕੀਤੀ ਗਈ ਸਾਰੇ ਗੇਟ ਬਣਾਇਆ ਗਿਆ ਜੋ ਸਾਡੇ ਪਿੰਡ ਦੇ ਐਨ ਆਰ ਆਈ ਵੀਰਵਾਨ ਨੂੰ ਬਣਾਇਆ ਗਿਆ ਤੇ ਅੱਜ ਸਾਡੇ ਸ਼ਮਸ਼ਾਨ ਘਾਟ ਦੇ ਦੇਖਣਯੋਗ ਆ ਤੇ ਨਗਰ ਦੇ ਵਿੱਚ ਜਿਵੇਂ ਗਲੀਆਂ ਨਾਲੀਆਂ ਹੁਣ ਤੱਕ ਸਾਡੇ ਇਥੇ ਭਾਗ ਸਿੰਘ ਸਰਪੰਚ ਦਾ ਨਾਮ ਲੈ ਕੇ ਮਸ਼ਹੂਰ ਹੁੰਦਾ ਸੀ ਵੀ ਜੇ ਕੰਮ ਕੀਤੇ ਆ ਤਾਂ ਭਾਗ ਸਿੰਘ ਸਰਪੰਚ ਨੇ ਕਰਿਆ ਪਰ ਸੰਧੂ ਸਾਹਿਬ ਦੀ ਰਹਿਮਾਈ ਹੇਠ ਪਿੰਡ ਰੂਮੀ ਚ ਅੱਜ ਜੋ ਸਾਡੇ ਸਰਪੰਚ ਕੁਲਦੀਪ ਸਿੰਘ ਸਮੂਹ ਅਸੀਂ ಗ್ರಾಮ ਪੰਚਾਇਤ ਬੰਨੀਓ ਜਿੰਨੀਆਂ ਵੀ ਗਲੀਆਂ ਫੈਰਨੀ ਦੇ ਅੰਦਰ ਬਣੀਆਂ ਹੋਈਆਂ ਸੀਗੀਆਂ ਸਾਰੀਆਂ ਗਲੀਆਂ ਇੰਟਰਲੌਕ ਟਾਇਲ ਲਾ ਕੇ ਸੀਵਰੇਜ ਪਾ ਕੇ ਤਿਆਰ ਕੀਤੀਆਂ ਗਈਆਂ ਜਿਸ ਦੇ ਵਿੱਚ ਜੋ ਮੇਨ ਸਾਡੇ ਵੱਡੇ ਰੋਡ ਤੋਂ ਲੈ ਕੇ ਸਾਡੇ ਖੂਹ ਦੇ ਵਿਚਾਲਾ ਸੀ ਖੂਹ ਕਹਿ ਦਿੰਨੇ ਆ ਉਹ ਸਾਡੇ ਪਿੰਡ ਦਾ ਵਿਚਾਲਾ ਬਣ ਜਾਂਦਾ ਉੱਥੋਂ ਸਾਰੀਆਂ ਹੀ ਬ੍ਰਾਂਚਾਂ ਸਾਰਿਆਂ ਜੋ ਪਿੰਡ ਦਾ ਚਾਰ ਦਿਵਾਰੀ ਦੇ ਅੰਦਰ ਅੰਦਰ ਆਉਂਦਾ ਉਹ ਸੀਵਰੇਜ ਪਾ ਕੇ ਤੇ ਐਂਟਰਲੌਕ ਟੇਲਾਂ ਨਾਲ ਸਾਡੀਆਂ ਸਾਰੀਆਂ ਗਲੀਆਂ ਬਣ ਕੇ ਤਿਆਰ ਹੋਈਆਂ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਨਜ਼ਦੀਕ ਸਾਡੇ ਛੱਪੜਾ ਜੋ ਜਿਹਦੀ ਹਾਲਤ ਗੁਰੂ ਘਰ ਦੇ ਕੋਲੇ ਕੋਈ ਕੂੜਾ ਸੁੱਟ ਦਿੰਦਾ ਸੀ ਕੋਈ ਰੋੜ ਹੀ ਲਾ ਦਿੰਦਾ ਸੀ ਉਹ ਪ੍ਰੋਜੈਕਟ ਵੀ ਤਕਰੀਬਨ ਲਗਭਗ 15 ਲੱਖ ਰੁਪਏ ਦਾ ਪ੍ਰੋਜੈਕਟ ਸੀ ਜੋ ਸੰਧੂ ਸਾਹਿਬ ਨੇ ਸਾਨੂੰ ਨਰੇਕਾ ਦੇ ਵਿੱਚੋਂ ਪਾਸ ਕਰਵਾ ਕੇ ਜਿਸ ਦਾ ਕਿ ਅੱਜ ਕੰਮ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਸਾਡੇ ਸਰਪੰਚ ਕੁਲਦੀਪ ਸਿੰਘ ਜੀ ਦੀ ਸਮੂਹ ಗ್ರಾಮ ਪੰਚਾਇਤ ਨਗਰ ਉਮੀ ਦੇ ਸਹਿਯੋਗ ਨਾਲ ਚੱਲ ਰਿਹਾ ਉਸ ਦੇ ਉੱਪਰ ਜੋ 5 ਫੁੱਟ ਦਾ ਅਸੀਂ ਟ੍ਰੈਕ ਬਣਾ ਰਹੇ ਆ ਇੰਟਰਲੋਕ ਲਾ ਕੇ ਕਰਬ ਲਾ ਕੇ ਨਾਲ ਹੀ ਉਸ ਦੇ ਓਪਨ ਜਿਮ ਦੀ ਗ੍ਰਾਂਟ ਆਈ ਪਈ ਆ ਉਹ ਲਾ ਰਹੇ ਆ ਤੇ ਸਵੇਰੇ ਸ਼ਾਮ ਉਥੇ ਬੀਬੀਆਂ ਜਦੋਂ ਮੱਥਾ ਟੇਕਣ ਜਾਣਗੀਆਂ ਉਥੇ ਸੈਰ ਵੀ ਕਰ ਸਕਦੇ ਆ ਬੱਚਿਆਂ ਲਈ ਝੂਲੇ ਲਾਏ ਜਾਣਗੇ ਬਹੁਤ ਜੰਗੀ ਪੱਧਰ ਤੇ ਉਹ ਛੱਪੜ ਦਾ ਕੰਮ ਚੱਲ ਰਿਹਾ ਇਸੇ ਤਰ੍ਹਾਂ ਹੀ ਸਾਡੇ ਕਲੋਨੀਆਂ ਨੇ ਅਸੀਂ ਕਹਿ ਦਿੰਨੇ ਆ ਸਾਡੇ ਮੱਝਵੀ ਸਿੱਖਾ ਭਾਈਚਾਰ ਭਾਈਚਾਰੇ ਦੀਆਂ ਜਿਵੇਂ ਕਿ ਮੰਡੀ ਕਲੋਨੀ ਕਹਿ ਦਿੰਨੇ ਆ ਟਿੱਪਾ ਕਲੋਨੀ ਉਹਨੂੰ ਅਸੀਂ ਕਹਿ ਦਿੰਨੇ ਆ ਉਦੋਂ ਅੱਗੇ 75 ਕਲੋਨੀ ਮੇਵਾ ਕਲੋਨੀ ਇਹ ਸਾਰੀਆਂ ਕਲੋਨੀਆਂ ਦਾ ਜੋ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਕਿਉਂਕਿ ਇਹਨਾਂ ਦਾ ਪਾਣੀ ਦਾ ਨਿਕਾਸ਼ ਜੋ ਕਿਸੇ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਖੇਤਾਂ ਵਾਲਿਆਂ ਨੇ ਪਾਣੀ ਦਾ ਪ੍ਰਬੰਧ ਨਹੀਂ ਕਰਕੇ ਦੇ ਸਕੇ ਬੜੇ ਲੰਮੇ ਸਮੇਂ ਤੋਂ ਇੱਥੇ ਸਾਡੇ ਬਹੁਤ ਹੋਰ ਵੀ ਐਮਐਲਏ ਆਏ ਪਰ ਕਹਿੰਦੇ ਸੀਗੇ ਕੋਈ ਕਹਿ ਦਿੰਦਾ ਸੀ ਉਹਨਾਂ ਨੂੰ ਤੁਸੀਂ ਲਾਲ ਲਕੀਰ ਤੋਂ ਬਾਹਰੋਂ ਇਹ ਕੰਮ ਹੋ ਨਹੀਂ ਸਕਦਾ ਅਸੀਂ ਇੱਥੇ ਪੈਸਾ ਲਾ ਨਹੀਂ ਸਕਦੇ ਪਰ ਜਦੋਂ ਤੋਂ ਸੰਧੂ ਸਾਹਿਬ ਆਏ ਨੇ ਸਾਡੀਆਂ ਚਾਰੇ ਹੀ ਕਲੋਨੀਆਂ ਦੇ ਵਿੱਚ ਟਿਪਾ ਕਲੋਨੀ ਦੇ ਵਿੱਚ ਉੱਥੇ ਸਾਡੀ ਪੰਚਾਇਤ ਦੀ ਜਗ੍ਹਾ ਪਈ ਸੀ ਅਸੀਂ ਛੱਪੜ ਪਟਕੇ ਦਿੱਤਾ ਸਾਰੀਆਂ ਗਲੀਆਂ ਇੰਟਰਲੌਕ ਟਾਇਲ ਲਾ ਕੇ ਸੀਵਰੇਜ ਪਾ ਕੇ ਉੱਥੇ ਅਸੀਂ ਕਲੋਨੀ ਨੂੰ ਤਿਆਰ ਕੀਤਾ ਉਸ ਤੋਂ ਅੱਗੇ ਜਿਵੇਂ ਬਚਿੱਤਰ ਕਲੋਨੀ ਆ ਉਹਦੇ 'ਚ ਵੀ ਅਸੀਂ ਸੰਧੂ ਸਾਹਿਬ ਦੀ ਰਹਿਨਮਾਈ ਹੇਠ ਉਹਦਾ ਪਾਣੀ ਛੱਪੜ ਦਾ ਜੋ ਸਾਡਾ ਨਗਰ ਦੇ ਵਿੱਚ ਪਿੰਡ ਰੂਮੀ ਦੇ ਵਿੱਚ ਅੰਦਰਲਾ ਛੱਪੜ ਆ ਉਹਦੇ ਚ ਲੈ ਕੇ ਆਂਦਾ ਐਵੇਂ ਹੀ ਮੇਵਾ ਕਲੋਨੀ ਦੇ ਵਿੱਚ ਕੰਮ ਚੱਲ ਰਿਹਾ ਉਹਨਾਂ ਦੀ ਵੀ ਬੜੇ ਚਿਰ ਤੋਂ ਮੰਗ ਸੀਗੀ ਉਹ ਵੀ ਸੀਵਰੇਜ ਪਾ ਕੇ ਅੱਜ ਪਾਣੀ ਸਾਡੇ ਛੱਪੜ ਦੇ ਵਿੱਚ ਆ ਆ ਜਾਣਾ ਕੰਮ ਉਹਦਾ ਚੱਲ ਰਿਹਾ ਇਸੇ ਤਰ੍ਹਾਂ ਹੀ ਨਗਰ ਰੂਮੀ ਦੇ ਚਾਰੇ ਫਰਨੀ ਦੇ ਚਾਰੇ ਪਾਸੇ ਜਿੰਨੀ ਵੀ ਸਾਡੀ ਫਰਨੀ ਆ ਉਹਦੇ ਅੱਧ ਤੋਂ ਜ਼ਿਆਦਾ ਅਸੀਂ ਇੰਟਰਲੌਕ ਟਾਇਲ ਨਾਲ ਚੌੜਾ ਸੜਕ ਦੇ ਨਾਲ 5-5 ਫੁੱਟ ਇੰਟਰਲੌਕ ਲਾ ਕੇ ਸਾਡੀ ਸੜਕ ਘੱਟੋ-ਘੱਟ 20 ਫੁੱਟ ਫੇਰਨੀ ਤਿਆਰ ਹੋ ਚੁੱਕੀ ਆ ਅੱਜ ਉਸ ਦੇ ਉੱਪਰ ਸੰਧੂ ਸਾਹਿਬ ਦੀ ਰਹਿਨਮਾਈ ਹੇਠ ਸਰਪੰਚ ਕੁਲਦੀਪ ਸਿੰਘ ਜੀ ਦੀ ਦੇਖ ਰੇਖ ਹੇਠ ਸਾਡਾ ਲੇਟਾਂ ਦਾ ਕੰਮ ਚੱਲ ਰਿਹਾ ਜੋ ਅੱਜ ਲੇਟਾਂ ਲੱਗ ਰਹੀਆਂ ਰਾਤ ਨੂੰ ਜਦੋਂ ਕੋਈ ਹੁਣ ਕਈ ਵਾਰੀ ਕੋਈ ਸ਼ਰਾਰਤੀ ਆਂਸਰ ਜਾਂ ਚੋਰ ਜਾਂ ਕੋਈ ਗੱਲਾਂ ਹੋ ਜਾਂਦੀਆਂ ਨੇ ਹੁਣ ਸਾਡੇ ਸਾਰੇ ਨਗਰ ਦੇ ਵਿੱਚ ਲਾਈਟਾਂ ਦੀ ਰੋਸ਼ਨੀ ਦਾ ਪੂਰਾ ਪ੍ਰਬੰਧ ਆ ਨਾਲ ਹੀ ਅਸੀਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਡੀ ਇਹ ਸੋਚ ਆ ਸਰਪੰਚ ਸਾਹਿਬ ਦੀ ਇਹ ਸੋਚ ਆ ਸੰਧੂ ਸਾਹਿਬ ਦੀ ਰਹਿਨਮਾਈ ਏਠ ਅਸੀਂ ਉੱਥੇ ਕੈਮਰੇ ਵੀ ਲਾਉਣ ਜਾ ਰਹੇ ਹਾਂ ਤਾਂ ਜੋ ਨਗਰ ਦੇ ਵਿੱਚ ਜੋ ਕੋਈ ਚੋਰੀਆਂ ਜਾਂ ਕੋਈ ਹੋਰ ਜੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ ਅਸੀਂ ਨਗਰਵਰਨ ਨੂੰ ਇਹ ਵਿਸ਼ਵਾਸ ਸੰਧੂ ਸਾਹਿਬ ਨੂੰ ਵੀ ਦਿਵਾਉਣਾ ਜੋ ਸੰਧੂ ਸਾਹਿਬ ਨੇ ਕੰਮ ਕੀਤੇ ਆ 2 ਸਾਲਾਂ ਦੇ ਵਿੱਚ ਇੰਨਾ ਕੰਮ ਕੋਈ ਹੋਰ ਨਹੀਂ ਕਰ ਸਕਦਾ ਬਹੁਤ ਹੀ ਜ਼ਿਆਦੇ ਨਗਰ ਦੇ ਵਿੱਚ ਸੰਧੂ ਸਾਹਿਬ ਬੰਨੀਓ ਕੰਮ ਕੀਤੇ ਗਏ ਨੇ ਅਸੀਂ ਨਗਰ ਤੋਂ ਇਹ ਵਿਸ਼ਵਾਸ ਦਿਵਾਉਂਦੇ ਆ ਅਸੀਂ ਇੱਕ ਇੱਕ ਵੋਟ ਸੰਧੂ ਸਾਹਿਬ ਨੂੰ ਪੰਜੇ ਨਿਸ਼ਾਨ ਤੇ ਮੋਹਰ ਲਾ ਕੇ ਇਥੋਂ ਸੰਧੂ ਸਾਹਿਬ ਨੂੰ ਜਿਤਾ ਕੇ ਭੇਜਾਂਗੇ ਤਾਂ ਜੋ ਕੀਤੇ ਕੰਮਾਂ ਦਾ ਜੋ ਉਹਨਾਂ ਨੇ ਹਲਕੇ ਵਿੱਚ ਵੀ ਕੰਮ ਕਰੇ ਆ ਜਿਵੇਂ ਮੋਲਾਪੁਰ ਵਿੱਚ ਬੱਸ ਸਟੈਂਡ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਲੈ ਕੇ ਆਂਦਾ ਫਿਰ ਬਰਗੇਡ ਸਟੇਸ਼ਨ ਲੈ ਕੇ ਆਂਦਾ ਕਿਸਾਨ ਭਵਨ ਲੈ ਕੇ ਆਂਦਾ ਜੋ ਸਾਡੇ ਸਰਾਬਾ ਮਾਰਗ ਸੜਕਾ ਉਹਦਾ ਨਾਮ ਸੀਰਿਤ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਤੇ ਰੱਖਿਆ ਗਿਆ ਇਸੇ ਤਰ੍ਹਾਂ ਹੀ ਜਿਵੇਂ ਮੋਲਾਪੁਰ ਸ਼ਹਿਰ ਨੂੰ ਸੁੰਦਰੀਕਰਨ ਜੋ ਪਹਿਲਾਂ ਦੀ ਐਮਐਲਏ ਨੇ ਜੋ ਐਮਐਲਏ ਦੀ ਸੋਚ ਸੀ ਉਹ ਨਹੀਂ ਸਹੀ ਵਰਤੀ ਗਈ ਜਿਵੇਂ ਮੋਲਾਪੁਰ ਦੇ ਵਿੱਚ ਦੋ ਪੌਲ ਬਣਾਏ ਗਏ ਜਿਨ੍ਹਾਂ ਨੇ ਸ਼ਹਿਰ ਨੂੰ ਆਪਸ ਵਿੱਚ ਵੰਡ ਦਿੱਤਾ ਗਿਆ ਪਰ ਸੰਧੂ ਸਾਹਿਬ ਦੀ ਸੋਚ ਆ ਵੀ ਜਦੋਂ ਕੋਈ ਵਧੀਆ ਟਾਈਮ ਆਇਆ ਉਹ ਪੌੜੀ ਕਿਸੇ ਹਿਸਾਬ ਨਾਲ ਜੇ ਪਿੱਲਰਾਂ ਤੇ ਹੋ ਜਾਣ ਤਾਂ ਮੁੱਲਾਪੁਰ ਸ਼ਹਿਰ ਆਪਸ ਵਿੱਚ ਦੁਬਾਰਾ ਫੇਰ ਉਹ ਜੁੜ ਸਕਦਾ ਉਹਦੇ ਸੁੰਦਰੀ ਕਰਨ ਲਈ ਵੀ ਸੰਧੂ ਸਾਹਿਬ ਨੇ ਜੋ ਇੰਟਰਲੌਕ ਟਾਇਲ ਲੇਟਾਂ ਜੋ ਰੈਕੋਟ ਵਾਲਾ ਪੌੜਾ ਉਹਦੇ ਤੇ ਲੇਟਾਂ 40 ਲੱਖ ਰੁਪਏ ਦੀ ਲਾਗਤ ਨਾਲ ਲੇਟਾਂ ਲਗਾਈਆਂ ਗਈਆਂ ਜਿਵੇਂ ਸਾਡੇ ਆਈਟੀਆਈ ਸਵੱਦੀ ਲਿਆਂਦੀ ਗਈ ਆ ਹੋਰ ਵੀ 2 ਸਾਲਾਂ ਵਿੱਚ ਇਹ ਇਹ ਕੰਮ ਸੰਧੂ ਸਾਹਿਬ ਨੇ ਆਪਣੇ ਹਲਕੇ ਲਈ 200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਲਿਆ ਆ ਕੇ ਸਾਡੇ ਹਲਕੇ ਨੂੰ ਇਹ ਮਾਨ ਸਾਡਾ ਬਤਾਇਆ ਅਸੀਂ ਵੀ ਪੂਰਾ ਜੋਰ ਲਾ ਦੇਾਂਗੇ ਸੰਧੂ ਸਾਹਿਬ ਨੂੰ ਜਤੌਣ ਨੂੰ ਇੰਨੀਆਂ ਬੇਨਤੀਆਂ ਕਰਦੇ ਆਂ